ਨਿਹੰਗਾਂ ਵਾਲਾ ਮੈਟਰ ਆਇਆ ਹਾਂਜੀ ਰਾਜਿਆਂ ਸਾਹਿਬ ਦੀ ਬੈਠ ਤੇ ਕੌਣ ਆਇਆ ਸਭ ਤੋਂ ਪਹਿਲਾਂ ਬਿਲਕੁਲ ਦਲੇਵਾਲ ਆਇਆ ਨਾ ਜਗਜੀਤ ਸਿੰਘ ਦਲੇਵਾਲ ਹਾਂਜੀ ਹਾਂਜੀ ਅੱਛਾ ਜੇਕਰ ਹਰਿਆਣੇ ਦੇ ਮੁੰਡਿਆਂ ਦਾ ਰੌਲਾ ਪਿਆ ਰਾਜਿਆਲ ਦੀ ਥਾਂ ਦੇ ਉੱਤੇ ਮਾਫੀ ਕਿਹਨੇ ਮੰਗੀ ਦਲੇਵਾਲ ਨੇ ਜੀ ਜੇਕਰ ਹਰ ਗੱਲ ਦੇ ਉੱਤੇ ਦਲੇਵਾਲ ਰਾਜਿਆਲ ਸਾਹਿਬ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਤੋ ਫਿਰ ਸਾਡਾ ਤਾਂ ਮਤਲਬ ਕੋਈ ਇਹੋ ਜਿਹਾ ਤਾਂ ਹੈ ਨੀ ਹੈ ਗੱਲ ਕੋਈ ਮਗਰੋਂ ਜਦੋਂ ਮੋਰਚੇ ਨੂੰ ਸਹੀ ਦਿਸ਼ਾ ਵੱਲ ਲਿਜਾਣ ਵਾਸਤੇ ਹਾਂਜੀ ਤਾਂ ਹਰੇਕ ਕੰਮ ਕਰਾਂਗੇ ਜੀ ਜਿਹੜੇ ਬੋਲਣ ਦੀ ਲੋੜ ਪਈ ਆ ਮਾੜਾ ਮੋਟਾ ਬੋਲ ਪਏ ਕਿਤੇ ਜਿਹੜੇ ਬੋਲੇ ਗਏ ਉਹਨਾਂ ਕੋਲ ਗਲਤ ਗਿਆ ਹੋਣਾ ਵੀਰ ਨਾਲ ਜੀ ਜੀ ਬਿਲਕੁਲ ਬਿਲਕੁਲ ਜੇ ਹੁਣ ਕਿਤੇ ਗਲਤੀ ਹੋਊਗੀ ਕੋਈ ਗਲਤੀ ਕਰੂਗਾ ਜੇਕਰ ਅਸੀਂ ਉਹਦੇ ਤੇ ਨਹੀਂ ਬੋਲਾਂਗੇ ਅਸੀਂ ਨੀ ਬੋਲਾਂਗੇ ਹਾਂਜੀ ਤਾਂ ਫਿਰ ਤਾਂ ਸਾਡਾ ਮੋਰਚਾ ਡੁੱਬ ਜੂਗਾ ਇੱਕ ਗੱਲ ਆ ਜੀ ਜੀ ਦੂਜੀ ਗੱਲ ਹੈ ਅਸੀਂ ਅਸੀਂ ਕਿਉਂ ਮਤਲਬ ਆਪਣੇ ਆਪ ਨੂੰ ਗੁਨਾਹਗਾਰ ਮਤਲਬ ਬਣਾਈਏ ਜੀ ਜੀ ਇਹਦੇ ਸਾਡਾ ਸਾਡੇ ਸਾਡਾ ਗੁਨਾਹ ਹੈ ਹੀ ਕੋਈ ਨੀ ਜੀ ਜੀ ਤੋ ਇਸ ਕਰਕੇ ਇੰਨੀ ਕੁ ਗੱਲ ਕਰਨ ਦੇ ਉੱਤੇ ਜਦੋਂ ਅਸੀਂ ਉਹਦੇ ਤੋਂ ਆਪਣੇ ਆਪ ਨੂੰ ਇਹ ਕੀਤਾ ਕਿ ਸਾਡਾ ਇਸ ਗੱਲ ਨਾਲ ਸਾਡਾ ਕੋਈ ਸੰਬੰਧ ਨਹੀਂ ਅਸਲ ਗੱਲ ਆ ਤਾਂ ਉਸ ਗੱਲ ਤੋਂ ਇਹਨਾਂ ਨੂੰ ਲੱਗ ਗਿਆ ਹੋਣਾ ਵੀ ਇਹ ਸਾਡੇ ਨਾਲ ਨੀ ਖੜਾ ਪਰ ਗਲਤ ਗੱਲ ਨਾਲ ਤਾਂ ਦਲੇਵਾਲ ਨੂੰ ਖੜਨਾ ਔਖਾ ਹੈ ਜੀ ਜੀ ਜੀ